ਅੱਜ ਬੀਜੇਪੀ ਦੇ ਪੰਜਾਬ ਇਕਾਈ ਦੇ ਪ੍ਰਧਾਨ ਸੁਨੀਲ ਜਾਖੜ ਨੇ ਪ੍ਰੈਸ ਕਾਨਫਰੰਸ ਦੇ ਰਾਹੀਂ ਅੰਦੋਲਨ ਕਰ ਰਹੇ ਕਿਸਾਨਾਂ ਨੂੰ ਪੋਲੀਟੀਕਲ ਕਹਿਣ ਦੀ ਗੱਲ ਕੀਤੀ ਹੈ। ਇੱਥੋਂ ਤੱਕ ਇਸ ਅੰਦੋਲਨ ਕਰ ਰਹੇ ਲੋਕਾਂ ਦੇ ਉੱਤੇ, ਕਿਸਾਨਾਂ ਦੇ ਉੱਤੇ ਕਈ ਤਰ੍ਹਾਂ ਦੇ ਸਵਾਲ ਚੁੱਕੇ। ਇਹ ਵੀ ਕਿਹਾ ਕਿ ਜਦੋਂ MSP ਪਿਛਲੇ 10 ਸਾਲ ਤੋਂ ਸਰਕਾਰ ਦੇ ਰਹੀ ਹੈ, ਤੇ ਨਾਲ ਇਹ ਵੀ ਕਿਹਾ ਕਿ ਜਦੋਂ ਪੰਜਾਬ ਦੇ ਕਿਸਾਨਾਂ ਨੇ ਕਣਕ ਤੇ ਝੋਨਾ ਹੀ ਬੀਜਣਾ ਹੈ ਤਾਂ ਦੂਸਰੀਆਂ ਫਸਲਾਂ ਦੇ ਉੱਤੇ MSP ਲੈਣ ਦੀ ਕੀ ਤੁੱਕ ਬਣਦੀ ਹੈ, ਇਹ ਸਵਾਲ ਕੀਤੇ ਨੇ। ਇੱਥੋਂ ਤੱਕ ਵੀ ਇਹ ਗੱਲ ਕਹੀ ਗਈ ਕਿ ਇਹ ਪੋਲੀਟੀਕਲ ਲੋਕਾਂ ਦੇ, ਕਿਸੇ ਪਾਰਟੀ ਦੇ ਲੋਕ ਨੇ, ਕਿਸੇ ਪਾਰਟੀ ਦੇ ਬਿਠਾਏ ਨੇ। ਇਹ ਵੀ ਕਿਹਾ ਕਿ ਜਦੋਂ ਘੁੰਗਰੂ ਹੀ ਬੰਨ ਲਿਆ ਤੇ ਹੁਣ ਨੱਚਣ ਦਾ ਕੀ ਡਰ ਹੈ। ਸਭ ਤੋਂ ਪਹਿਲੀ ਗੱਲ ਤਾਂ ਸਪਸ਼ਟ ਕਰ ਦਈਏ ਕਿ ਜਾਖੜ ਸਾਹਿਬ, ਅਸੀਂ ਬਿਲਕੁਲ ਨੌਨ ਪੋਲੀਟੀਕਲ ਸੋਚ ਲੈ ਕੇ ਚੱਲਣ ਵਾਲੇ ਲੋਕ ਹਾਂ, ਤੇ ਸਾਡਾ ਕਿਸੇ ਪੋਲੀਟੀਕਲ ਪਾਰਟੀ ਨਾਲ ਨਾ ਕੋਈ ਰਿਸ਼ਤਾ ਹੈ ਨਾ ਹੋਏਗਾ। ਲੱਭ ਕੇ ਦਿਖਾ ਸਾਨੂੰ ਸਾਡਾ ਕਿਹਦੇ ਨਾਲ ਰਿਸ਼ਤਾ ਹੈ, ਇੱਕ ਗੱਲ। ਨੰਬਰ 2, ਮੈਂ ਪੁੱਛਣਾ ਚਾਹੁੰਦਾ, ਮੈਂ ਹੈਰਾਨ ਹੈ, ਤੇਰੇ ਹੀ ਕਈ ਬਹੁਤ ਸਾਰੇ ਬਿਆਨ ਅਸੀਂ ਕੱਢ ਕੇ ਵਿਖਾ ਸਕਦੇ ਹਾਂ। ਜਿਸ ਵੇਲੇ ਅਸੀਂ ਦਿੱਲੀ ਦੇ ਵਿੱਚ ਅੰਦੋਲਨ ਲੜ ਰਹੇ ਸੀ 2020-21 ਦਾ, ਤੂੰ ਸਾਨੂੰ ਇਹ ਕਹਿ ਰਹੇ ਸੀਗੇ ਕਿ ਕਿਸਾਨ ਬੈਠੇ ਆ, ਸਰਕਾਰ ਕਿਸਾਨਾਂ ਦੀਆਂ ਗੱਲਾਂ ਸੁਣ ਨਹੀਂ ਰਹੀ। ਉਸ ਵੇਲੇ ਤੈਨੂੰ ਅਸੀਂ ਕਿਸਾਨ ਦਿਸਦੇ ਸੀ, ਲੋਕ ਅਸੀਂ ਸੀ, ਉਹ ਵੀ ਆਹੀ ਲੋਕ ਸੀ ਜਿੱਥੇ ਬੈਠੇ ਸੀ, ਉੱਥੇ ਵੀ ਅਸੀਂ ਬੈਠੇ ਸੀ, ਉਦੋਂ ਅਸੀਂ ਕਿਸਾਨ ਸੀ। ਲੇਕਿਨ ਇਹ ਜ਼ਰੂਰ, ਹਾਂ, ਇੰਨਾ ਫਰਕ ਹੈਗਾ ਕਿ ਉਸ ਵੇਲੇ ਤੇਰੀਆਂ ਅੱਖਾਂ ਤੇ ਐਨਕਾਂ ਜਾਖੜ ਸਾਹਿਬ ਹੋਰ ਲੱਗੀਆਂ ਸੀ, ਤੇ ਅੱਜ ਤੇਰੀਆਂ ਅੱਖਾਂ ਤੇ ਐਨਕਾਂ BJP ਦੀਆਂ ਲੱਗੀਆਂ ਨੇ। ਅੱਜ ਤੈਨੂੰ BJP ਵਾਲਿਆਂ ਦਾ ਜਦੋਂ ਵਿਰੋਧ ਹੁੰਦਾ ਹੈ, ਜਦੋਂ ਉਹਨਾਂ ਦੇ ਸਵਾਲ ਹੁੰਦੇ ਆ, ਅੱਜ ਤੈਨੂੰ ਇਹ ਦਿਸੇਗਾ ਕਿ ਇਹ ਕਿਸਾਨ ਨਹੀਂ, ਇਹ ਪੋਲੀਟੀਕਲ ਨੇ, ਅੱਜ ਤੈਨੂੰ ਦਿਸੇਗਾ। ਪਰ ਸਵਾਲ ਇਹ ਹੈ ਕਿ ਤੁਹਾਨੂੰ ਇਹ ਪੁੱਛਣਾ ਚਾਹੁੰਦੇ ਆ ਪੂਰੇ ਭਾਰਤ ਦੀ ਭਾਜਪਾ ਨੂੰ ਕਿ ਜਿਸ ਦਿਨ ਅਸੀਂ ਉੱਥੋਂ ਉੱਠ ਕੇ ਆਏ ਹਾਂ, ਮੋਰਚਾ ਉਠਾ ਕੇ ਲਏ ਹਾਂ, ਸਾਡੇ ਨਾਲ ਵਾਅਦਾ ਨਹੀਂ ਕੀਤਾ ਕਿ ਬਿਜਲੀ ਸਾਧੂ ਸੋਧ ਬਿੱਲ ਦੁਬਾਰਾ ਨਹੀਂ ਲੈ ਕੇ ਆਵਾਂਗੇ, ਸਾਡੇ ਨਾਲ ਵਾਅਦਾ ਨਹੀਂ ਕੀਤਾ ਕਿ ਕਿਸਾਨਾਂ ਦੇ ਕੇਸ ਵਾਪਸ ਲਵਾਂਗੇ, ਸਾਡੇ ਨਾਲ ਵਾਅਦਾ ਨਹੀਂ ਕੀਤਾ ਕਿ ਲਖੀਮਪੁਰ ਵਾਲ ਨੂੰ ਇਨਸਾਫ਼ ਦੇਵਾਂਗੇ, ਵਾਅਦਾ ਨਹੀਂ ਕੀਤਾ ਕਿ ਡਾਕਟਰ ਸਵਾਮੀ ਨੂੰ ਆਪਣਾ MSP ਦੀ ਗਰੰਟੀ ਦੇਵਾਂਗੇ। ਤੁਸੀਂ ਚੋਣਾਂ 'ਚ ਵਾਅਦਾ ਨਹੀਂ ਕੀਤਾ 2014 'ਚ, ਜਾਂ ਉਸ ਤੋਂ ਮਗਰੋਂ 2018 'ਚ ਲਿਖਤੀ ਵਾਅਦਾ ਨਹੀਂ ਕੀਤਾ ਕਿ ਅਸੀਂ ਡਾਕਟਰ ਸਵਾਮੀਨਾਥਨ ਦੀ ਰਿਪੋਰਟ ਲਾਗੂ ਕਰਾਂਗੇ। ਤੁਹਾਡੇ ਮੁੱਖ ਪ੍ਰਧਾਨ ਮੰਤਰੀ ਦੇ ਬਿਆਨ ਪਏ ਨੇ ਜਿਹਦੇ 'ਚ ਇਹ ਕਹਿ ਰਹੇ ਨੇ ਕਿ ਅਸੀਂ ਪਹਿਲੀ ਕਲਮ ਨਾਲ ਹੀ ਕਿਸਾਨਾਂ ਦੀ ਕਰਜ਼ ਮੁਕਤੀ ਕਰਾਂਗੇ, ਇਹ ਤੁਹਾਡੇ ਬਿਆਨ ਨੇ। ਹੁਣ ਇਹਨਾਂ ਬਿਆਨਾਂ ਦੇ ਆਧਾਰ ਦੇ ਉੱਤੇ ਕੀ ਉਹ ਬਿਆਨ ਤੁਹਾਡੀ ਸਰਕਾਰ ਦਾ ਜਦੋਂ ਅੰਤਲਾ ਸਮਾਂ ਸੀ ਉਹਨਾਂ ਨੂੰ ਯਾਦ ਕਰਾਉਣ ਜਾਣਾ ਕਿਸਾਨਾਂ ਦੀ ਲੋੜ ਨਹੀਂ ਸੀ? ਹਾਂ, ਸਾਡੀ ਤਾਂ ਲੋੜ ਸੀ, ਲੇਕਿਨ ਇਹ ਠੀਕ ਹੈ ਕਿ ਜੇ ਕੋਈ ਜਾਵੇ ਉਧਰ ਨੂੰ ਤੁਹਾਡਾ ਗੱਲ ਕਾਲਰ ਫੜ ਕੇ ਗੱਲ ਕਰਨ ਦੀ ਗੱਲ ਕਰੇ, ਤੁਹਾਨੂੰ ਯਾਦ ਕਰਨ ਦੀ ਕਰਾਉਣ ਦੀ ਗੱਲ ਕਰੇ, ਤਾਂ ਤੁਸੀਂ ਫਿਰ ਇਹ ਠੀਕ ਕਰਕੇ ਵਿਖਾਇਆ ਕਿ ਅਸੀਂ ਡਿਕਟੇਟਰ ਹਾਂ, ਅਸੀਂ ਨਹੀਂ ਵੜਨ ਦਿਆਂਗੇ ਦਿੱਲੀ ਚ, ਅਸੀਂ ਨਹੀਂ ਵੜਨ ਦਿਆਂਗੇ ਤੁਹਾਨੂੰ ਹਰਿਆਣੇ ਚ। ਪਰ ਮੈਂ ਪੁੱਛਣਾ ਚਾਹੁੰਦਾ, ਅੱਜ ਜੇ ਲੋਕ ਇਹਨਾਂ ਗੱਲਾਂ ਦੇ ਸਵਾਲ ਪੁੱਛਦੇ ਤਾਂ ਤੜਫਦੇ ਹੋ, ਅੱਜ ਤੁਹਾਨੂੰ ਅਸੀਂ ਸਵਾਲ ਪੁੱਛਦੇ ਲੋਕ ਉਹ ਲੱਗਣ ਲੱਗ ਪਏ ਕਿ ਇਹ ਲੋਕ ਸਾਰੇ ਪੋਲੀਟੀਕਲ ਨੇ, ਬਿਲਕੁਲ ਪੋਲੀਟਿਕਸ ਨਾਲ ਕੋਈ ਸੰਬੰਧ ਨਹੀਂ। ਸਵਾਲ ਪੁੱਛਦੇ ਹਾਂ, ਪਹਿਲਾ ਸਵਾਲ ਹੈ ਸਾਡਾ ਕਿ ਕੀ ਇਹ ਤੁਹਾਡੇ ਵਾਅਦੇ ਨਹੀਂ ਸੀ ਸਾਡੇ ਨਾਲ?
ਜੇ ਵਾਇਦੇ ਸੀ ਤਾਂ ਵਾਇਦੇ ਯਾਦ ਕਰਾਉਣ ਚੱਲੇ ਸੀ ਤੁਹਾਨੂੰ, ਤੇ ਤੁਸੀਂ ਵਾਇਦਿਆਂ ਨੂੰ ਯਾਦ ਕਰਾਉਣ ਚੱਲੇ ਕਿਸਾਨਾਂ ਨੂੰ ਰਸਤੇ ਚ ਰੋਕਿਆ, ਕਿਹਾ ਦਿੱਲੀ ਨੀ ਵੜਨ ਦਿਆਂਗੇ। ਜੇ ਦਿੱਲੀ ਨੀ ਵੜਨ ਦਿਓਗੇ ਤਾਂ ਫਿਰ ਕੋਈ ਗੱਲ ਨੀ। ਇਹ ਵਾਰੀ ਲੋਕਾਂ ਦੀ ਵੀ ਆਉਂਦੀ ਆ, ਫਿਰ ਅੱਜ ਲੋਕਾਂ ਦੇ ਘਰਾਂ ਚ ਤੁਸੀਂ ਜਾਣਾ ਹੈ ਤੇ ਲੋਕ ਸਵਾਲ ਉੱਥੇ ਕਰ ਲੈਣਗੇ। ਜੇ ਤੁਸੀਂ ਉੱਥੇ ਨੀ ਸਾਨੂੰ ਵੜਨ ਦਿਓਗੇ ਤਾਂ ਇੱਥੇ ਕਰ ਲਾਂਗੇ। ਅਗਲੀ ਗੱਲ, ਸਾਡਾ ਸ਼ੁਭਕਰਨ ਸ਼ਹੀਦ ਹੋਇਆ ਜਿਹੜਾ ਤੁਸੀਂ ਕਹਿੰਦੇ ਹੋ ਕਿ ਮੁੰਡੇ ਮਰਵਾ ਰਹੇ ਹੋ, ਤੁਸੀਂ ਕਿੰਨਾ ਕੁ ਤਰਸ ਕੀਤਾ ਜੀ? ਤੁਸੀਂ ਕਿੰਨਾ ਕੁ ਰਹਿਮ ਕੀਤਾ? ਤੁਸੀਂ ਸਿੱਧੀਆਂ ਗੋਲੀਆਂ ਚਲਾਈਆਂ, 433 ਕਿਸਾਨ ਜ਼ਖਮੀ ਕੀਤੇ, 5 ਕਿਸਾਨਾਂ ਨੂੰ ਅੱਖਾਂ ਤੋਂ ਅੰਨੇ ਕਰਨ ਤੱਕ ਦੀ ਗੱਲ ਕਰ ਦਿੱਤੀ, ਤੇ ਤੁਸੀਂ ਕਹਿੰਦੇ ਵੀ ਤੁਸੀਂ ਮਰਵਾਤੇ? ਤੁਹਾਡੇ ਵਾਇਦਿਆਂ ਨੇ ਮਰਵਾਏ, ਅਗਰ ਵਾਇਦੇ ਕੀਤੇ ਸੀ ਤਦ ਚੱਲੇ ਸੀ ਦਿੱਲੀ ਨੂੰ, ਤੇ ਤੁਸੀਂ ਸਾਨੂੰ ਦਿੱਲੀ ਨੀ ਜਾਣ ਦਿੱਤਾ। ਔਰ ਅਗਲੀ ਗੱਲ, ਇੱਕ ਵੀ ਭਾਜਪਾ ਦੇ ਲੀਡਰ ਨੇ, ਇੱਕ ਵੀ ਭਾਜਪਾ ਦੇ ਲੀਡਰ ਦੇ ਮੂੰਹੋਂ ਬਿਆਨ ਉਫ ਤੱਕ ਨਹੀਂ ਨਿਕਲੀ ਕਿ ਸਾਡੇ ਪੰਜਾਬ ਦੇ ਨੌਜਵਾਨ ਸ਼ਹੀਦ ਹੋ ਗਿਆ, ਸਾਡੇ ਪੰਜਾਬ ਦੇ 433 ਕਿਸਾਨ ਜ਼ਖਮੀ ਹੋ ਗਏ, ਸਾਡੇ ਪੰਜਾਬ ਦੇ ਕਿਸਾਨਾਂ ਦੇ ਟਰੈਕਟਰ ਤੋੜ ਤੇ। ਤੁਸੀਂ ਆਪਦੇ ਮੂੰਹ ਬੋਲੇ ਤੱਕ ਨਹੀਂ, ਇਹਦਾ ਮਤਲਬ ਕੀ ਨਿਕਲਦਾ ਹੈ? ਅਗਰ ਉਹ ਸਡਨ ਨਹੀਂ ਹੋਇਆ ਹੁੰਦਾ, ਹਰਿਆਣੇ ਦੀ ਪੁਲਿਸ ਨੇ ਕੀਤਾ ਹੁੰਦਾ, ਤੁਸੀਂ ਸਾਰੇ ਬੋਲਦੇ, ਤੁਹਾਡੀ ਬੀਜੇਪੀ ਨੇ ਕੀਤਾ, ਤੁਸੀਂ ਮੱਥ ਕੇ ਕੀਤਾ, ਇੱਕ ਵੀ ਬੀਜੇਪੀ ਦਾ ਲੀਡਰ ਨਹੀਂ ਬੋਲਿਆ ਉਸ ਗੱਲ ਦੇ ਉੱਤੇ। ਫਿਰ ਇਹ ਸਵਾਲ ਤਾਂ ਲੋਕ ਪੁੱਛਣਗੇ, ਸਵਾਲ ਤਾਂ ਲੋਕ ਇਹ ਵੀ ਪੁੱਛਣਗੇ ਕਿ ਭਾਈ ਇੱਕ ਗੱਲ ਦੱਸੋ, ਤੁਸੀਂ ਲੋਕਾਂ ਨਾਲ ਵਾਅਦਾ ਕੀਤਾ ਕਿ ਅਸੀਂ 15-15 ਲੱਖ ਰੁਪਈਆ ਕਾਲਾ ਧਨ ਲਿਆ ਕੇ ਦੇਵਾਂਗੇ, ਹੁਣ ਲੋਕਾਂ ਨੂੰ ਕਲੀਅਰ ਦੱਸਤਾ ਦਿਓ ਕਿ ਜਿੰਨਾ ਕਾਲਾ ਧਨ ਉਸ ਦਿਨ ਸੀ ਜਿੱਥੇ ਤੁਸੀਂ ਸਦਾ ਤੇ ਆਏ ਹੋ, ਅੱਜ ਕਾਲਾ ਧਨ ਉੱਥੋਂ ਘੱਟ ਗਿਆ ਜਾਂ ਉੱਥੇ ਵੱਧ ਗਿਆ, ਇਹਦਾ ਅੰਕੜਾ ਤਾਂ ਪੇਸ਼ ਕਰ ਦਿਓ। ਜੇ ਉਦੋਂ ਤੁਹਾਨੂੰ ਅੰਕੜਾ ਸਰਕਾਰ ਤੋਂ ਬਾਹਰ ਹੁੰਦਿਆਂ ਨੂੰ ਮਿਲ ਗਿਆ, ਅੱਜ ਵੀ ਤੁਹਾਡੇ ਕੋਲ ਹੋਏਗਾ, ਅੱਜ ਦੱਸੋ ਕੀ ਹੈ, ਕਿਉਂ ਨਹੀਂ ਦੱਸ ਰਹੇ? ਲੋਕ ਸਵਾਲ ਇਹ ਵੀ ਪੁੱਛਣਗੇ ਭਾਈ ਕਿ ਜਿੱਦੇ ਤੁਸੀਂ ਸਦਾ ਚਾਹੇ ਹੋ, ਉਸ ਦਿਨ ਦੇਸ਼ ਦੇ ਸਿਰ ਕੇਵਲ 50 ਲੱਖ ਕਰੋੜ ਦਾ, 55 ਲੱਖ ਕਰੋੜ ਦਾ ਕਰਜ਼ਾ ਸੀ, ਅੱਜ 205 ਲੱਖ ਕਰੋੜ ਦਾ ਕਰਜ਼ਾ ਦੇਸ਼ ਦੇ ਸਿਰ। ਸਵਾਲ ਤੇ ਪੁੱਛੇ, ਜਦੋਂ ਸਵਾਲ ਪੁੱਛਣਗੇ ਲੋਕ ਫਿਰ ਕਹੋਗੇ ਹਾਂਜੀ ਆਹ ਦੇਖੋ ਇਹ ਪੋਲੀਟੀਕਲ ਸਵਾਲ ਨੇ। ਯਾਰ ਪੋਲੀਟੀਕਲ ਸਵਾਲ ਹੈ ਕੀ? ਅਸੀਂ ਦੇਸ਼ ਦੇ ਨਾਗਰਿਕ ਨਹੀਂ ਆ? ਸਵਾਲ ਤਾਂ ਲੋਕ ਪੁੱਛ ਸਕਦੇ ਨੇ, ਹਰ ਇੱਕ ਨਾਗਰਿਕ ਨੂੰ ਜਿਹਨੂੰ ਵੋਟ ਲੈਣੀ ਆ, ਜਿਨ੍ਹਾਂ ਨਾਲ ਵਾਅਦੇ ਕੀਤੇ ਉਹ ਲੋਕ ਤਾਂ ਪੁੱਛਣਗੇ ਨਾ। ਤੋ ਜੇ ਉਹ ਸਵਾਲ ਪੁੱਛਦੇ ਆ ਤਾਂ ਤੁਸੀਂ ਇਹ ਗੱਲਾਂ ਕਰਦੇ ਹੋ। ਅਗਲਾ, ਤੁਸੀਂ ਇਹ ਗੱਲ ਕੀਤੀ ਹੈ ਕਿ ਬਈ ਜੇਕਰ 10 ਸਾਲ ਤੋਂ MSP ਮਿਲ ਹੀ ਰਹੀ ਹੈ, ਤਾਂ ਮੈਂ ਜਾਖੜ ਸਾਹਿਬ ਇਹ ਦੱਸਣਾ ਚਾਹੁੰਦਾ, ਪਹਿਲਾਂ ਤਾਂ MSP ਨੂੰ ਸਮਝੋ, MSP ਹੈ ਚੀਜ਼ ਕੀ, ਮਿਨੀਮਮ ਸਪੋਰਟ ਪ੍ਰਾਈਸ ਇਹਨੂੰ ਸਮਝੋ, ਪੜ੍ਹੇ ਲਿਖੇ ਲੋਕ ਹੋ ਤੁਸੀਂ, ਯਾਰ ਘੱਟ ਤੋਂ ਘੱਟ ਸਾਨੂੰ ਰੇਟ ਦੇਣਾ, ਉਹਦੀ ਵੀ ਗਰੰਟੀ ਮੰਗਦੇ ਆ, ਗਰੰਟੀ ਨਹੀਂ ਦਿੱਤੀ ਜਾ ਰਹੀ। ਹਜੇ ਤੁਸੀਂ ਆਪਣੇ ਆਪ ਨੂੰ ਬੜਾ ਮਤਲਬ ਦੇਸ਼ ਭਗਤੀ ਤੇ ਕਿਸਾਨ ਪੱਖੀ ਕਹਿ ਰਹੇ ਹੋ, ਇਸ ਦਾ ਕਿਸਾਨਾਂ ਦਾ ਬਹੁਤ ਵੱਡਾ ਫਾਇਦਾ ਕਰ ਰਹੇ ਹਾਂ, ਕੀ ਪੱਖ ਪੇਸ਼ ਕਰਦੇ ਹੋ? ਅਸੀਂ ਜੀ ਕਿਸਾਨ ਨਿਧੀ ਯੋਜਨਾ ਦੇ ਤਹਿਤ ਅਸੀਂ ਬਹੁਤ ਰਕਮ ਦੇ ਰਹੇ ਹਾਂ ਲੋਕਾਂ ਨੂੰ। ਕਿੰਨੀ ਦੇ ਰਹੇ ਹੋ? 1 ਸਾਲ ਦਾ 6000 ਰੁਪਇਆ, 1 ਸਾਲ ਦਾ 6000 ਦੇ ਰਹੇ ਹੋ। ਹੁਣ ਜਿਹਨੂੰ 1 ਸਾਲ ਦਾ 6000 ਦੇ ਰਹੇ ਹੋ, ਲੁੱਟ ਕਿੰਨਾ ਰਹੇ ਹੋ ਸੁਣੋ ਪਹਿਲਾਂ। ਸਾਡੇ ਕਿਸਾਨ ਦਾ 1 ਕੁਇੰਟਲ ਕਣਕ ਦੇ ਉੱਤੇ 3000 ਦੇ ਲਗਭਗ ਖਰਚ ਆਉਂਦਾ ਜੀ, 3000 ਦੇ ਲਗਭਗ ਦੇ ਰਹੇ ਹੋ 2200। ਔਰ ਸਾਡੇ ਕਿਸਾਨਾਂ ਦਾ ਲਗਭਗ 1 ਕਿੱਲੇ ਮਗਰ 20000 ਰੁਪਇਆ ਲੁੱਟ ਕੇ ਤੇ 5 ਕਿੱਲਿਆਂ ਦੇ ਮਗਰ
ਕਿਸਾਨਾਂ ਦਾ 1 ਲੱਖ ਰੁਪਈਆ ਸਾਲ 6 ਮਹੀਨੇ ਦਾ ਲੁੱਟ ਕੇ, ਸਿਰਫ 6 ਮਹੀਨੇ ਦਾ, ਇਹ ਦੇ ਕਿੰਨੇ ਰਹੇ ਹੋ? 6 ਮਹੀਨੇ ਦੇ 3000, ਇਹਦਾ ਮਤਲਬ ਬੜੀ ਵੱਡੀ ਅਮਾਊਂਟ ਦੇ ਰਹੇ ਹੋ, ਲੁੱਟ ਰਹੇ ਹੋ 1 ਲੱਖ ਰੁਪਈਆ, ਦੇ ਰਹੇ ਹੋ 3000। ਤੁਹਾਡਾ ਵਾਅਦਾ ਸੀ ਡਾਕਟਰ ਸਵਾਮੀਨਾਥਨ ਦੀ ਰਿਪੋਰਟ ਲਾਗੂ ਕਰਾਂਗੇ, ਅਗਰ ਰਿਪੋਰਟ ਲਾਗੂ ਹੋ ਜਾਂਦੀ 4500 ਰੁਪਈਆ ਕਣਕ ਦਾ ਰੇਟ ਬਣਨਾ ਸੀ, ਤੇ 4500 ਰੁਪਈਆ ਜੇ ਤੁਸੀਂ ਦੇਣਦੇ ਸਾਨੂੰ ਤਾਂ 1 ਕੁਇੰਟਲ ਮਗਰ 1500 ਰੁਪਈਆ ਡਾਕਟਰ ਸਵਾਮੀਨਾਥਨ ਦੇ ਰਿਪੋਰਟ ਮਗਰ ਅਜੇ ਹੋਰ ਬਣਦਾ ਹੈ। ਇਹਦਾ ਮਤਲਬ ਕੀ ਬਣਦਾ ਹੈ ਕਿ 5 ਕਿੱਲਿਆਂ ਦੇ ਮਗਰ 75000 ਰੁਪਈਆ ਡਾਕਟਰ ਸਵਾਮੀਨਾਥਨ ਦੇ ਫਾਰਮੂਲੇ ਅਨੁਸਾਰ ਹੋਰ ਬਣਨਾ ਸੀ, ਜਿਹੜਾ ਤੁਸੀਂ ਦਿੱਤਾ ਨੀ ਕਿਸਾਨਾਂ ਨੂੰ। ਪਹਿਲਾਂ ਤੁਸੀਂ ਬੜੀਆਂ ਵੱਡੀਆਂ ਕਰਦੇ ਹੋ। ਸੋ ਸਵਾਲ ਕੀ ਹੈ ਕਿ ਤੁਸੀਂ ਜੋ ਇੱਕ ਡਰਾਮਾ ਸਾਰਾ ਲੁੱਟ ਕੇ ਕਿਸਾਨ ਨੂੰ ਤੇ ਜਾਨ ਲੱਗਣ 2 ਰੁਪਏ ਉਹਦੀ ਜੇਬ ਚ ਪਾਉਣ ਵਾਲੀ ਗੱਲ ਕੀਤੀ ਹੈ, ਤੇ ਇਹ ਆਪਦੇ ਆਪ ਨੂੰ ਬੜਾ ਵੱਡਾ ਦਾਨ ਕਰ ਰਹੇ ਹੋ ਤੇ ਬਹੁਤ ਕੁਛ ਦੇਤਾ ਕਿਸਾਨਾਂ ਨੂੰ। ਅਗਲੀ ਜਿਹੜੀ ਤੁਸੀਂ ਗੱਲ ਕਹੀ ਹੈ ਕਿ ਤੁਸੀਂ ਜਦੋਂ ਕਣਕ ਝੋਨਾ ਹੀ ਬੀਜਣਾ ਹੈ, ਦੂਜੀਆਂ ਫਸਲਾਂ ਦੇ ਤੋਂ MSP ਦੀ ਕੀ ਲੋੜ ਹੈ? ਸਵਾਲ ਇਹ ਹੈ ਕਿ ਪੰਜਾਬ, ਜਿਸ ਪੰਜਾਬ ਦੀ ਆਪਾਂ ਬੈਠੇ ਹਾਂ, ਜਿਸ ਪੰਜਾਬ ਦੀ ਤੁਸੀਂ ਵੀ ਗੱਲ ਕਰਦੇ ਹੋ ਅੱਜ, ਇਸ ਪੰਜਾਬ ਦੇ ਧਰਤੀ ਹੇਠਲੇ ਪਾਣੀ ਦੀ ਜਦੋਂ ਗੱਲ ਕਰੀਏ, ਉਦੋਂ ਇੱਥੇ ਬਦਲਾਅ ਦੀ ਲੋੜ ਹੈ। ਸਾਰੀਆਂ ਕ੍ਰੌਪਸ ਦੇ ਉੱਤੇ MSP ਦੇਵੋਗੇ, ਕਿਸਾਨ ਜਿਹੜੀ ਉਹਨੂੰ ਸੂਟ ਕਰੇਗੀ, ਉਹਦੇ ਖੇਤਰ ਨੂੰ ਸੂਟ ਕਰੇਗੀ, ਉਹਦੇ ਵਾਤਾਵਰਨ ਨੂੰ ਸੂਟ ਕਰੇਗੀ, ਉਹਦੇ ਮੁਤਾਬਕ ਉਹ ਬੀਜਲੇਗਾ। ਕਿਹੜੀਆਂ ਕਿਹੜੀਆਂ ਚੀਜ਼ਾਂ ਤੇ ਦਿੰਦੇ ਹੋ ਤੁਸੀਂ? ਮੂੰਗੀ ਤੁਹਾਡੀ ਤੁਸੀਂ MSP ਦੇ ਰਹੇ ਹੋ ਲਗਭਗ 7800 ਰੁਪਈਆ, ਤੇ ਉਹਦਾ ਰੇਟ ਮਿਲ ਰਿਹਾ ਕਿਸਾਨ ਨੂੰ 5000 ਰੁਪਈਆ, ਇਹ MSP ਮਿਲ ਰਹੀ ਹੈ। ਮੱਕੀ ਦਾ ਰੇਟ ਲਗਭਗ 2000 ਦੇ ਕਰੀਬ, ਔਰ ਮਿਲ ਰਿਹਾ ਕਿਸਾਨ ਨੂੰ ਕਿੰਨਾ? 1100-1200 ਰੁਪਈਆ। ਇਸੇ ਤਰ੍ਹਾਂ ਨਰਮੇ ਦੇ ਰੇਟ ਨਾਲੋਂ ਕਿਸਾਨ ਦੀ ਫਸਲ, ਹਰ ਵਾਰ ਨਰਮਾ ਤੁਸੀਂ ਨਰਮੇ ਖੇਤਰ ਦੇ ਹੋ, ਹਰ ਵਾਰ ਦੇਸ਼ ਦੇ ਕਿਸਾਨ ਦਾ 1500 ਰੁਪਈਆ ਨਰਮੇ ਦੇ ਕੁਇੰਟਲ ਮਗਰ ਲੁੱਟਿਆ ਜਾਂਦਾ ਹੈ, ਔਰ ਤੁਹਾਡੀ CCI ਬਾਹਰ ਨਹੀਂ ਨਿਕਲਦੀ। ਇੰਨੇ ਰੇਟ ਮਿਲ ਰਿਹਾ ਕਿਸਾਨਾਂ ਨੂੰ, ਇਹੀ ਰੌਲਾ ਹੈ। ਅਸੀਂ ਇਹ ਕਹਿੰਦੇ ਹਾਂ ਕਿ ਦੇਸ਼ ਦੇ ਕਿਸਾਨ ਨੂੰ ਪੂਰੀ MSP ਦੇਣੀ ਬਣਦੀ ਹੈ। ਦੂਜੀ ਗੱਲ ਜਿਹੜੀ ਤੁਸੀਂ ਕਰਦੇ ਹੋ ਕਿ ਬਈ ਤੁਸੀਂ ਪੋਲੀਟੀਕਲ ਹੋ ਗਏ ਤਾਂ ਜਦੋਂ ਘੁੰਗਰੂ ਬੰਨ ਲਏ ਉਦੋਂ ਨੱਚਣ ਤੋਂ ਘੁਟਰਦੇ ਹੋ। ਦੇਖੋ ਜੱਖ ਸਾਹਿਬ, ਸਾਡਾ ਅਸੀਂ ਬਿਲਕੁਲ ਪਹਿਲੇ ਦਿਨ ਹੀ ਨਿਖੇੜ ਕੇ ਚੱਲੇ ਹਾਂ ਕਿ ਰਾਜਨੀਤੀ ਨਾਲ ਕੋਈ ਸੰਬੰਧ ਨਹੀਂ। ਪਿਛਲੀਆਂ ਚੋਣਾਂ ਹੋਈਆਂ, ਸਪਸ਼ਟ ਕੀਤਾ ਕਿ ਨਾ ਚੋਣਾਂ ਲੜਨ ਦਾ ਸਾਡਾ ਕੋਈ ਪਰਪਜ਼ ਹੈ, ਨਾ ਲੜਨੀਆਂ, ਨਾ ਲੜਨ ਵਾਲੇ ਦੀ ਸਪੋਰਟ ਕਰਨੀ ਹੈ, ਨਾ ਕਿਸੇ ਦੀ ਵਿਰੋਧ ਕਰਨੀ ਹੈ। ਅਸੀਂ ਵਿਰੋਧ BJP ਦਾ ਵੀ ਨਹੀਂ ਕਰਦੇ, ਵਿਰੋਧ ਇਸ ਗੱਲ ਦਾ ਸਵਾਲ ਪੁੱਛਦੇ ਹੋ ਯਾਰ, ਸਵਾਲਾਂ ਦੇ ਜਵਾਬ ਦਿਓ, ਸਵਾਲਾਂ ਦੇ ਜਵਾਬਾਂ ਤੋਂ ਭਜਦੇ ਹੋ ਜਦੋਂ, ਉਦੋਂ ਫਿਰ ਜ਼ਿੰਦਾਬਾਦ ਤੇ ਮੁਰਦਾਬਾਦ ਤਾਂ ਹੋਏਗੀ। ਲੋਕ ਸਵਾਲ ਤਾਂ ਪੁੱਛਣਗੇ, ਕਿਉਂ ਪੁੱਛਣਗੇ? ਕਿਉਂਕਿ ਤੁਸੀਂ ਲੋਕਾਂ ਨਾਲ ਵਾਅਦੇ ਬੜੇ ਵੱਡੇ ਵੱਡੇ ਕੀਤੇ। ਤੁਸੀਂ ਤਾਂ ਵਾਅਦਾ ਵੀ ਕੀਤਾ ਹੈ ਕਿ ਹਰ ਇੱਕ ਵਿਅਕਤੀ ਦੇ ਖਾਤੇ 'ਚ 15 ਲੱਖ ਰੁਪਈਆ ਅਸੀਂ ਕਾਲਾ ਧਨ ਲਿਆ ਕੇ ਪਾਵਾਂਗੇ। ਨਹੀਂ ਪਾਇਆ, ਲੋਕ ਤਾਂ ਸਵਾਲ ਵੀ ਪੁੱਛਣਗੇ। ਸੋ ਇਸ ਕਰਕੇ ਅਜਿਹੇ ਲੋਕਾਂ ਦਾ ਪਹਿਲਾ ਮੈਂ ਅਗਲੇ ਲਾਸਟ ਦੇ ਵਿੱਚ ਇਹ ਕਹਿਣਾ ਚਾਹੂੰਗਾ ਕਿ ਜਾਖੜ ਸਾਹਿਬ, ਤੁਸੀਂ ਆਪਣੇ ਆਪ ਨੂੰ ਪਹਿਲਾਂ ਤਾਂ ਪਰਖੋ, ਤੁਸੀਂ ਠੀਕ ਬੋਲ ਰਹੇ ਹੋ? ਜਿੱਦਾਂ ਤੁਸੀਂ ਕਾਂਗਰਸ ਦੇ ਵਿੱਚ ਸੀ, ਤੁਸੀਂ ਪਾਣੀ ਪੀ ਕੇ BJP ਨੂੰ ਕੋਸਦੇ ਰਹੇ ਹੋ, ਅੱਜ ਤੁਸੀਂ ਪਤਾ ਨਹੀਂ ਤੁਹਾਡੀਆਂ ਕੀ ਮਜਬੂਰੀਆਂ ਹੋਣਗੀਆਂ, ਕੀ ਕਾਰਨ ਹੋਣਗੇ, ਤੁਸੀਂ ਜਾਣਦੇ ਹੋ। ਮੈਂ ਉਧਰਲੇ ਪਾਸੇ ਨਹੀਂ ਜਾਣਾ, ਲੇਕਿਨ ਇਹ ਕਲੀਅਰ ਹੈ ਕਿ ਅੱਜ ਤੁਸੀਂ BJP ਦੀ ਬੁੱਕਲ 'ਚ ਬੈਠ ਕੇ ਜਾ ਕੇ ਅੱਜ ਤੁਸੀਂ BJP ਦੇ ਹੱਥ ਠੋਕੇ ਬਣ ਕੇ, BJP ਦੇ ਦਲਾਲ ਬਣ ਕੇ, BJP ਦੇ ਚਮਚੇ ਬਣ ਕੇ, ਜਿਸ ਦਿਨ ਕਿਸਾਨ ਮਾਰੇ ਜਾ ਰਹੇ ਸੀ ਪੰਜਾਬ ਦੇ, ਉਸ ਦਿਨ ਪੰਜਾਬ ਦੇ ਕਿਸਾਨਾਂ ਦੇ ਹੱਕ 'ਚ ਇੱਕ ਵੀ ਲੀਡਰ ਨਹੀਂ,
ਪੰਜਾਬ ਦੇ ਨੇ ਤਾਂ ਛੱਡੋ, ਪੂਰੇ ਭਾਰਤ ਦੇ ਵਿੱਚੋਂ ਕਿਸੇ ਇੱਕ ਲੀਡਰ ਨੇ ਬੀਜੇਪੀ ਦੇ ਨੇ ਕਿਸਾਨਾਂ ਦੇ ਹੱਕ ਦੇ ਵਿੱਚ ਹਦਾ ਨਾਰਾ ਤੱਕ ਨਹੀਂ ਮਾਰਿਆ। ਇਹਦਾ ਮਤਲਬ ਇਹ ਨਿਕਲਿਆ ਤੁਹਾਡੀ ਮਾਨਸਿਕਤਾ ਸੀ, ਬੀਜੇਪੀ ਦੀ ਮਾਨਸਿਕਤਾ ਸੀ। ਇਹ ਕੱਲੀ ਹਰਿਆਣੇ ਦੀ ਪੁਲਿਸ ਨੂੰ ਨਹੀਂ ਦੋਸ਼ ਦਿੱਤਾ ਜਾ ਸਕਦਾ ਜੋ ਕਿਸਾਨਾਂ ਨਾਲ ਹੋਇਆ, ਇਹ ਬੀਜੇਪੀ ਦੀ ਮਾਨਸਿਕਤਾ ਕਰਕੇ ਹੋਇਆ। ਤੇ ਜੇ ਬੀਜੇਪੀ ਦੀ ਮਾਨਸਿਕਤਾ ਕਲੀਅਰ ਹੁੰਦੀ ਹੈ ਇਸ ਗੱਲ ਤੋਂ ਕਿ ਤੁਹਾਡਾ ਕਿਸੇ ਵੱਲੋਂ ਬਿਆਨ ਨਾ ਦਿੱਤੇ ਜਾਣਾ, ਤਾਂ ਫਿਰ ਉਹ ਆਪਣੇ ਆਪ ਲੋਕਾਂ ਨੇ ਸਵਾਲ ਤਾਂ ਬੀਜੇਪੀ ਦੇ ਕਰਨਗੇ। ਪਰ ਲੋਕ ਸਵਾਲ ਜਿਹੜੀ ਤੁਸੀਂ ਅਗਲੀ ਗੱਲ ਕਰਦੇ ਹੋ, ਨੋਟ ਕਰੋ, ਸ਼ਾਇਦ ਤੁਹਾਨੂੰ ਦਿਸਦਾ ਨਹੀਂ। ਜਦੋਂ ਤੁਹਾਡੇ ਤੇ ਸਵਾਲ ਹੁੰਦੇ ਆ ਉਹ ਤੁਹਾਨੂੰ ਦਿਸਦੇ, ਦੂਜਿਆਂ ਦੇ ਦਿਸਦੇ ਨਹੀਂ। ਸਾਡੇ ਲੋਕਾਂ ਨੇ ਜਿਸ ਵੇਲੇ ਆਮ ਆਦਮੀ ਪਾਰਟੀ ਦਾ ਖੇਤੀਬਾੜੀ ਮੰਤਰੀ ਬਾਹਰ ਜਾਂਦਾ ਹੈ, ਉਹਦੇ ਤੇ ਸਵਾਲ ਕਰਦੇ ਨੇ, ਲੋਕ ਪੁੱਛਦੇ ਨੇ ਕਿ ਫਸਲਾਂ ਦਾ ਜਿਹੜਾ ਪਿਛਲਾ ਮੁਆਵਜ਼ਾ ਕਿਉਂ ਨਹੀਂ ਦਿੱਤਾ। ਪਿਛਲੇ ਦਿਨੀ ਭਗਵੰਤ ਮਾਨ ਬਠਿੰਡੇ ਚ ਗਿਆ, ਸਾਡਾ ਲਗਭਗ 300-400 ਕਿਸਾਨ ਤੇ ਬੀਬੀਆਂ ਫੜ ਕੇ ਗ੍ਰਿਫਤਾਰ ਕਰਨੀਆਂ ਪਈਆਂ। ਇਸ ਗੱਲ ਲਈ ਕਿ ਅਸੀਂ ਵਿਰੋਧ ਕਰਨ ਜਾ ਰਹੇ ਹਾਂ, ਇਸ ਗੱਲ ਲਈ ਵਿਰੋਧ ਕਰਦੇ ਹਾਂ ਕਿ ਤੁਸੀਂ ਜਿਸ ਵੇਲੇ ਸਾਡੇ ਕਿਸਾਨਾਂ ਦੇ ਉੱਤੇ ਜ਼ੁਲਮ ਢਾਇਆ ਜਾ ਰਿਹਾ ਸੀ, ਸਾਡੇ ਸ਼ੁਭਕਰਨ ਨੂੰ ਤੇ ਉਹਦੇ ਪਰਿਵਾਰ ਨੂੰ ਬਣਦੀ ਸਹੂਲਤ ਜਿਹੜੀ ਦੇਣ ਦੀ ਗੱਲ ਕੀਤੀ ਸੀ ਉਹ ਹਜੇ ਤੱਕ ਨਹੀਂ ਕੀਤੀ, ਔਰ ਜਿਸ ਵੇਲੇ ਜ਼ੁਲਮ ਢਾਇਆ ਜਾ ਰਿਹਾ ਸੀ ਤੁਸੀਂ FIR ਦਰਜ ਕਰਨ ਤੋਂ ਭੱਜੇ ਹੋ। ਅਸੀਂ ਉਹਦੇ ਤੇ ਵੀ ਸਵਾਲ ਕਰਦੇ, ਸਵਾਲ ਉਹਦੇ ਵੀ ਕਰਾਂਗੇ, ਪਿੱਛੇ ਨਹੀਂ ਹਟਾਂਗੇ। ਅਸੀਂ ਕਿਸੇ ਦੇ ਹੱਥ ਠੋਕੇ ਨਹੀਂ ਆ। ਹਾਂ, ਇਹ ਜ਼ਰੂਰ ਆ ਕਿ ਕਿਸਾਨਾਂ ਦੇ ਆ ਤੇ ਕਿਸਾਨਾਂ ਦੀ ਖਾਤਰ ਇੱਕ ਠੋਕੇ ਖੜੇ ਆ, ਮਰਨਾ ਵੀ ਪਿਆ ਤੇ ਪਿੱਛੇ ਨਹੀਂ ਹਟਾਂਗੇ। ਆਪਦੇ ਕਿਸਾਨਾਂ ਦੀ ਲੜਾਈ ਲੜ ਰਹੇ ਹਾਂ ਔਰ ਲੜਾਂਗੇ, ਆਖਰੀ ਦਮ ਤੱਕ ਲੜਾਂਗੇ। ਜਿੰਨੀ ਦੇਰ ਤੱਕ ਸਾਡੇ ਜ਼ਿੰਮਤ ਹੋਈ ਉਨੀ ਦੇਰ ਤੱਕ ਇਹ ਲੜਾਈ ਲੜਾਂਗੇ, ਸਾਡੇ ਕਿਸਾਨਾਂ ਦਾ ਹੱਕ ਹੈ। ਸੋ ਅਜਿਹੇ ਬੰਦਿਆਂ ਦੀ ਬਿਆਨਬਾਜ਼ੀ, ਅਜਿਹੇ ਬੰਦਿਆਂ ਦੇ ਸਵਾਲ, ਅਜਿਹੇ ਬੰਦਿਆਂ ਦੇ ਪ੍ਰੈਸ ਕਾਨਫਰੰਸਾਂ ਜਿਹੜੇ ਕਦੇ ਲਾਟੂ ਨੂੰ ਘੁੰਮ ਕੇ ਇੱਧਰ ਨੇ ਕਦੇ ਉੱਧਰ ਨੇ, ਉਹਨਾਂ ਦੀ ਵੈਸੇ ਕੋਈ ਅਹਿਮੀਅਤ ਹੁੰਦੀ ਨਹੀਂ। ਪਰ ਫਿਰ ਵੀ ਪ੍ਰੈਸ ਵੱਲੋਂ ਆ ਰਿਹਾ ਸੀ ਕਿ ਇਹਦੇ ਤੇ ਆਪਦੀ ਟਿੱਪਣੀ, ਆਪਦਾ ਜਵਾਬ ਦਿਓ, ਉਹਦੇ ਤੇ ਮੈਂ ਜਵਾਬ ਦਿੱਤਾ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।